ਅਸਲਾਮ ਅਲੈਕੁਮ ਜੀ, ਮੈਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਤੁਸੀਂ ਦੇਖ ਰਹੇ ਹੋ ਖੋਰੇ ਸੱਚ 47 ਦੇ ਬਟਟਰ ਤੋਂ 1947 ਨੂੰ ਲੈ ਕੇ ਮੈਂ ਅੱਜ ਪਹੁੰਚਿਆ ਵਾਂ ਸਿਆਲਕੋਟ ਦੇ ਕਰੀਬ ਇੱਕ ਪਿੰਡ ਹੈ ਅਕਬਰ। ਅਗਰ ਬੈਕ ਸਾਈਡ 'ਤੇ ਦੇਖੋ ਤਾਂ ਪਿੰਡ ਨੂਰ ਹੈ, ਫਿਰ ਉਸ ਤੋਂ ਬਾਅਦ ਧਰਮਕੋਟ ਹੈ, ਔਰ ਇੱਕ ਪਾਸੇ ਮੇਰੇ ਪਸਰੂਰ ਹੈ ਔਰ ਇੱਕ ਪਾਸੇ ਮੇਰੇ ਗੁਜਰਾਂਵਾਲਾ ਹੈ। ਸਮਝ ਲਓ ਕਿ ਪਸਰੂਰ, ਗੁਜਰਾਂਵਾਲਾ ਔਰ ਸਿਆਲਕੋਟ ਦਾ ਸੈਂਟਰ ਮਰਕਜ਼ ਹੀ ਬਣਦੀ ਹੈ ਇਹ ਜਗ੍ਹਾ ਜਿਹੜੀ ਹੈ। ਔਰ ਕਦੀ ਇਹ ਇਲਾਕੇ ਜਿਹੜੇ ਸਨ ਖੱਤਰੀਆਂ ਦੇ ਭਰਪੂਰ ਵਸੇਵੇ ਦਾ ਇੱਕ ਘਰ ਹੁੰਦਾ ਸੀ। ਬਹੁਤ ਜਲਦ ਉਹਦੇ ਮੁਤਲਕ ਵੀ ਮੈਂ ਡਾਕੂਮੈਂਟਰੀ ਸਾਹਮਣੇ ਲੈ ਕੇ ਆਵਾਂਗਾ, ਔਰ ਤੁਹਾਨੂੰ ਮੈਂ ਉਹਨਾਂ ਪਿੰਡਾਂ 'ਚ ਲੈ ਕੇ ਜਾਵਾਂਗਾ ਜਿੱਥੇ ਕਿ ਫੁੱਟ ਸਟੈਪਸ ਜਿਹੜੇ ਸਨ ਬਹੁਤ ਸਟਰੋਂਗ ਮਿਲਦੇ ਨੇ। ਫਿਲਹਾਲ ਤਾਂ ਮੈਂ ਕੌਲ ਰਾਏ ਔਰ ਸਰਦਾਰ ਬਰਿਆਮ ਸਿੰਘ ਸਫੈਦਪੋਸ਼ਾਂ ਦੇ ਘਰ ਦੇ ਬਿਲਕੁਲ ਸਾਹਮਣੇ ਬੈਠਾ ਹਾਂ। ਇਹ ਪਿੱਛੇ ਜਿਹੜੀ ਵਾਲ ਨਜ਼ਰ ਆ ਰਹੀ ਹੈ ਨਵੀਂ ਬਣੀ ਹੋਈ, ਇਹ ਵੀ ਉਹਨਾਂ ਦੇ ਸਮਝ ਲਓ ਕਿ ਜਿਹੜੀ ਜਗ੍ਹਾ ਹਵੇਲੀ ਸੀ ਜਾਂ ਉਹਨਾਂ ਦੀ ਬੈਠਣ ਉੱਠਣ ਦੀ ਜਗ੍ਹਾ ਸੀ ਉਸ ਜਗ੍ਹਾ ਦੇ ਉੱਤੇ ਸੀ। ਅਤੇ ਮੇਰੇ ਨਾਲ ਮੌਜੂਦ ਨੇ ਬਾਬਾ ਬਰਕਤ, ਇੱਕ ਬਜ਼ੁਰਗ ਨੇ ਪਿੰਡ ਦੇ, ਔਰ ਇਹਨਾਂ ਨੇ 47 ਦੇ ਵਿੱਚ ਆਪਣੀਆਂ ਅੱਖਾਂ ਨਾਲ ਪੰਜਾਬ ਦੀ ਵੰਡ ਬਾਰੇ, ਜਦੋਂ ਪੰਜਾਬ 'ਤੇ ਲੀਕ ਲੱਗੀ ਹੈ ਅਤੇ ਉਸ ਵੇਲੇ ਇਹਨਾਂ ਨੇ ਕੀ ਦੇਖਿਆ ਸੀ ਔਰ ਕੀ ਹੋਇਆ ਉਸ ਵੇਲੇ। ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਤਾਂ ਐਸੀਆਂ ਨੇ ਜਿਹੜੀਆਂ ਕਿ ਲੋਕਾਂ ਨੂੰ ਬਿਲਕੁਲ ਪਤਾ ਹੈ, ਔਰ ਕੁਛ ਚੀਜ਼ਾਂ ਜਿਹੜੀਆਂ ਐਸੀਆਂ ਨੇ ਜਿਹੜੀਆਂ ਲੋਕਾਂ ਨੂੰ ਬਿਲਕੁਲ ਨਹੀਂ ਪਤਾ। ਆਓ ਜ਼ਰਾ ਪਲੀਜ਼। ਬਾਬਾ ਜੀ ਆਪਣਾ ਪੂਰਾ ਨਾਮ ਦੱਸੋ। ਮੇਰਾ ਨਾਮ ਹਾਂਜੀ ਬਰਕਤ ਅਲੀ। ਬਰਕਤ ਅਲੀ, ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਜਦੋਂ ਐਲਾਨ ਹੋ ਜਾਂਦਾ ਹੈ ਕਿ ਵੀ ਪਾਕਿਸਤਾਨ ਬਣ ਗਿਆ, ਹਾਂਜੀ, ਅਤੇ ਤੁਸੀਂ ਆਪਣੀਆਂ ਨਜ਼ਰਾਂ ਨਾਲ ਕੀ ਵੇਖਦੇ ਹੋ? ਅਸਾਂ ਨਜ਼ਰਾਂ ਆਪਣੀਆਂ ਨਾਲ ਵੇਖਿਆ ਜਦੋਂ ਐਲਾਨ ਹੋ ਗਿਆ, ਅਤੇ ਇਹ ਰਾਮਪੁਰ ਟੋਰ ਕਹਿੰਦੇ ਐਲਾਨ ਜਿਸ ਵੇਲੇ ਹੋਇਆ ਅਤੇ ਰਾਮਪੁਰਿਆਂ ਨੇ ਜਿਹੜੇ ਸਾਡੇ ਗਾਉਂ ਦੇ ਹਨ ਪਿੰਡ ਦੇ ਹਨ ਉਹਨਾਂ ਸਾਨੂੰ ਆਖਿਆ ਵੀ ਤੁਸੀਂ ਨਿਕਲ ਜਾਓ, ਹਾਂਜੀ ਤੁਸੀਂ ਇੱਥੋਂ ਨਿਕਲ ਜਾਓ, ਕੀ ਪਤਾ ਹੈ ਕੋਈ ਬੇਈਮਾਨ ਹੋ ਜਾਵੇ ਪਿੰਡ ਟੁੱਟ ਜਾਣਾ ਅਤੇ ਕਿਸੇ ਨੂੰ ਕੋਈ ਮਾਰ ਹੀ ਜਾਏ। ਹਾਂਜੀ, ਇਹ ਫਿਰ ਪਿੰਡ ਸਾਡਾ ਸਾਰਾ ਜਿਹੜਾ ਨਿਕਲ ਗਿਆ ਸੀ ਸਭ ਲੋਕਾਂ ਨਾਲ, ਸਭ ਲੋਕ ਨੇੜੇ ਦੇ। ਕਿੰਨੇ ਕੁ ਘਰ ਸਨ ਇੱਥੇ ਜਿਹੜੇ ਸੀ ਹਿੰਦੂਆਂ ਔਰ ਸਿੱਖਾਂ ਦੇ? ਸਰ ਸਾਰਾ ਪਿੰਡ ਹੀ ਨਾਲ ਹਾਜ਼ਰ ਸਿੱਖਾਂ ਦਾ। ਕਿੰਨੇ ਕੁ ਘਰ ਸਨ ਜੀ? ਪਿੰਡ ਜਿਹੜਾ ਸੀ ਉਹ ਨੋਨ ਮੁਸਲਿਮ ਜਿਹੜੇ ਸਨ ਉਹਨਾਂ ਦਾ ਜ਼ਿਆਦਾ ਸੀ। ਤੇ ਕੀ ਕਿਸ ਤਰ੍ਹਾਂ ਦਾ ਤੁਹਾਡਾ ਵਿਹਾਰ ਸੀ ਆਪਸ ਵਿੱਚ, ਕਿਸ ਤਰ੍ਹਾਂ ਤੁਸੀਂ ਜਿਹੜਾ ਮਤਲਬ ਕਿ 47 ਤੋਂ ਪਹਿਲੇ ਤੁਸੀਂ ਰਹਿੰਦੇ ਸੀ? ਉਦੋਂ ਜੀ ਵਿਆਹ ਠੀਕ ਠਾਕ ਸੀ, ਇੱਕ ਦੂਜੇ ਨੂੰ ਅਸੀਂ ਭੈਣ ਭਰਾ ਵਾਂਗ ਜੀ ਰਹਿੰਦੇ ਸਾਂ। ਬੜਾ ਅੱਛਾ ਸੀ ਸਾਰਾ ਸਲੋਕ ਉਹਨਾਂ ਦੇ ਨਾਲ, ਅਤੇ ਚੌਰੀ ਜਿਹੜੇ ਹਨ ਸਾਰੇ ਮਾੜੇ ਬੰਦਿਆਂ ਨੂੰ ਆਪਣਾ ਹੱਥ ਵੀ ਰੱਖਦੇ ਸਨ। ਅੱਛਾ, ਅਤੇ ਕੋਈ ਐਸੀ ਗੱਲ ਨਹੀਂ ਸੀ। ਪਿੰਡ ਦਾ ਚੌਧਰੀ ਕੌਣ ਸੀ ਉਸ ਵੇਲੇ? ਉਸ ਵੇਲੇ ਚੌਧਰੀ ਇਹ ਹੀ ਸਨ, ਰਾਮਚੰਦ। ਅੱਛਾ, ਅਤੇ ਬਰਿਆਮ ਸਿੰਘ। ਅੱਛਾ ਅੱਛਾ, ਅਤੇ ਇਕਬਾਲ ਸੀ, ਇਕਬਾਲ ਸਿੰਘ। ਅੱਛਾ ਅੱਛਾ, ਅਤੇ ਉਦੋਂ ਅਸੀਂ ਆ ਜੀ ਕਾਹਲੂ ਲੱਗਾ ਕਾਹਲੂ ਇਹ ਸਾਰੇ ਸਾਨੂੰ ਕੌਲ ਰਾਏ ਜੀ। ਗੱਲ ਇਹੀ ਹੈ ਕਿ ਮੈਨੂੰ ਕਹਿੰਦੇ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਬਜ਼ੁਰਗ ਜਿਹੜੇ ਸਾਨੂੰ ਕਹਿ ਰਹੇ ਨੇ ਕਿ ਪਿੰਡ ਦੇ ਚੁਦਰਾਹਟ ਅਤੇ ਉਹਨਾਂ ਦੀ ਸਫੈਦ ਪੋਸ਼ਾਂ ਦੀ ਸੀ, ਇਸੇ ਲਈ ਉਹਨਾਂ ਦਾ ਨਾਮ ਸਫੈਦ ਪੋਸ਼ਾਂ ਦੇ ਨਾਮ ਤੋਂ ਵੀ ਲਿਆ ਜਾਂਦਾ ਸੀ ਕਿ ਉਹ ਆਪਣੇ ਤੋਂ ਮਾੜੇ ਜਿੰਨੇ ਲੋਕ ਘਰ ਸਨ ਉਹਨਾਂ ਦੇ ਉੱਤੇ ਅਗਰ ਕੋਈ ਮਾੜਾ ਬੰਦਾ ਸੀ ਤਾਂ ਉਹਦੇ ਸਿਰ 'ਤੇ ਹੱਥ ਵੀ ਰੱਖਦੇ ਸਨ। ਅਤੇ ਇਹ ਬੜੀ ਗੱਲ ਹੈ, ਇਹ ਦੁਗਰੀ ਹਰੀਆਂ ਤੋਂ ਬਾਅਦ ਇਹ ਦੂਸਰੀ ਮੇਰੀ ਵੀਡੀਓ ਹੈ ਕਿ ਜਿਹਦੇ ਵਿੱਚ ਇੰਨਾ ਪਿਆਰ ਸਾਹਮਣੇ ਆ ਰਿਹਾ। ਹਾਲਾਂਕਿ ਗਿਲੇ ਸ਼ਿਕਵੇ ਸ਼ਿਕਾਇਤਾਂ ਇੱਕ ਦੂਜੇ ਨਾਲ ਕਮਿਊਨਿਟੀ ਦੀਆਂ ਹਮੇਸ਼ਾ ਤੋਂ ਰਹੀਆਂ ਨੇ, ਔਰ ਜਿੱਥੇ ਵੀ ਦੋ ਭਾਂਡੇ ਪਏ ਹੁਣ ਉਹ ਖੜਕ ਪੈਂਦੇ ਨੇ, ਇਨਸਾਨ ਤਾਂ ਫਿਰ ਇਨਸਾਨ ਹੈ। ਅਤੇ ਫਿਰ ਇੱਥੇ ਜਦੋਂ ਤੁਸੀਂ ਦੱਸਿਆ ਉਹਨਾਂ ਨੂੰ ਕਿ ਇੱਥੋਂ ਉੱਠੇ ਨੇ ਔਰ ਉੱਠ ਕੇ ਤਾਂ ਚਲੇ ਗਏ ਨੇ ਰਾਮਪੁਰ ਜੀ, ਰਾਮਪੁਰ ਚਲੇ ਗਏ ਨੇ, ਰਾਮਪੁਰ ਚਲੇ ਗਏ ਨੇ, ਅਤੇ ਕੀ ਇੱਥੇ ਕੋਈ ਕੋਈ ਲੜਾਈ ਝਗੜਾ ਕੋਈ ਪਿੰਡ ਦੇ ਵਿੱਚ ਹੋਇਆ? ਲੜਾਈ ਝਗੜਾ ਕੋਈ ਨਹੀਂ ਹੋਇਆ, ਸਿਰਫ ਇੱਕ ਇਸ ਦਾ ਸੀ ਸਾਡਾ ਮੀਆਂ ਉਹਨਾਂ ਦੇ ਮਲਵਾਣੇ ਸਨ। ਹਾਂਜੀ, ਅਤੇ ਸਾਨੂੰ ਨਾਲੇ ਉਹਨਾਂ ਦੀ ਐਲਾਨ ਜੂ ਕਰ ਛੱਡ ਵੀ ਕੀ ਪਤਾ ਕਿ ਕੋਈ ਮਾਰ ਜਾਏ ਵੀ ਅਸਾਂ ਤਾਂ ਟੁਰ ਹੀ ਜਾਣਾ। ਜੀ ਜੀ, ਅਤੇ ਉਸ ਜਿਹੜਾ ਨਾ ਕੰਮ ਕੀਤਾ ਸੀ ਮਾਰ ਛੜਾ ਹੈ ਉਹਨਾਂ ਦੇ ਪਿਓ ਨੂੰ, ਉਹਦਾ ਨਾਂ ਕੀ ਸੀ? ਮਹਿਰਾ ਸੀ ਉਹ। ਅੱਛਾ, ਜੇ ਮਾਰਿਆ ਸੀ ਈਸ਼ਰ ਮਹਿਰਾ, ਈਸ਼ਰ ਮਹਿਰਾ ਉਹ ਕੱਢ ਕੇ ਨਾਲ ਹੀ ਮਕਾਨ ਉਹਨਾਂ ਦਾ ਸੀ,
ਤੇ ਉਹ ਆਖਣ ਲੱਗਾ ਉਹਨਾਂ ਜੀ ਜਿਹੜੇ ਮਲਵਾਣੇ ਸਨ ਨਾ ਉਹਨਾਂ ਦੀ ਚੰਗੀ ਚਤਰਾ ਸੀ ਉਹਨਾਂ ਦੀ ਕੋਠੇ ਚੜ ਗਿਆ ਹੈਗੇ ਮੀਆਂ ਕੋਠੇ ਚੜ ਗਿਆ ਆਖਣ ਲੱਗਾ ਤੇ ਇਸ ਕੀ ਕਰਨਾ ਪਿਆ ਆਹ ਮਿਲ ਜਾ ਕੇ ਟੁੱਟ ਜਾਂਦਾ ਤੁਹਾਨੂੰ ਮਿਲਣਾ ਵਾ ਗੁੱਸੇ ਨਾਲ ਆ ਕੇ ਮਿਲਿਆ ਤੇ ਉਹਨੇ ਕੋਲ ਉਦੋਂ ਚੱਲਦੀਆਂ ਬਲਮਾਂ ਹੀ ਅੱਛਾ ਤੇ ਉਹਨੇ ਬਲਮ ਮਾਰਤੀ ਉਹ ਆਖਣ ਲੱਗਾ ਮੈਂ ਤੇ ਸੁਖਾਲ ਦਿਨ ਪੁੱਛਿਆ ਤੂੰ ਬਲਮ ਮਾਰਤੀ ਹੈ ਤੇ ਉਹ ਇਹਨੂੰ ਨਾਲ ਵੇਖ ਕੇ ਸਭ ਨਸ ਨੁਸ ਗਏ ਹੋਰ ਵੀ ਖੋਰੇ ਪਰ ਕਿੰਨੇ ਕੋਈ ਮਰ ਦੱਸ ਰਹੇ ਨੇ ਕਿ ਸਿਰਫ ਇੱਕ ਵੱਡ ਟੁੱਕ ਹੋਈ ਹੈ ਔਰ ਉਹ ਵੀ ਜਿਹੜੀ ਹੈ ਇੱਕ ਬੰਦੇ ਨੇ ਕੀਤੀ ਹੈ ਬਾਕੀ ਪਿੰਡ ਦੇ ਵਿੱਚ ਕੋਈ ਐਸਾ ਕੰਮ ਨਹੀਂ ਹੋਇਆ ਜਿਹਦੇ ਵਜ੍ਹਾ ਨਾਲ ਕੋਈ ਸ਼ਾਇਦ ਕਿਸੇ ਦੀ ਦਿਲ ਅਜ਼ਾਰੀ ਹੋਏ ਬਾਕੀ ਕਮਿਊਨਿਟੀ ਜਿਹੜੀ ਹੈ ਖਾਮੋਸ਼ੀ ਦੇ ਨਾਲ ਉੱਠ ਕੇ ਇਹ ਪਿੱਛੇ ਰਾਮਪੁਰ ਸੀ ਰਾਮਪੁਰ ਦੇ ਵਿੱਚ ਚਲੀ ਗਈ ਸੀ ਪੂਰੀ ਕਮਿਊਨਿਟੀ ਉੱਠ ਕੇ ਅਤੇ ਮੈਨੂੰ ਇਹ ਦੱਸੋ ਕਿ ਉਹਨਾਂ ਦਾ ਕੀ ਨਾਮ ਸੀ ਜਿਨ੍ਹਾਂ ਦਾ ਕਤਲ ਹੋਇਆ ਸੀ ਉਹਨਾਂ ਦਾ ਮੋਹਮਸੈਨ ਸੀ ਜੀ ਮੋਹਮਸੈਨ ਸੀ ਅਤੇ ਉਹਦੇ ਪੁੱਤਰ ਦਾ ਨਾਂ ਸੀ ਮਾਰਿਆ ਸੀ ਜਿਹਨੂੰ ਮਾਰਿਆ ਸੀ ਜਿਹਨੂੰ ਮਾਰਿਆ ਸੀ ਉਹ ਮੋਹਮਸੈਨ ਸੀ ਅੱਛਾ ਮਾਰਿਆ ਕਿੰਨੇ ਸੀ ਮਾਰਿਆ ਸੀ ਈਸਰ ਮਹਿਰੇ ਨੇ ਈਸਰ ਮਹਿਰਾ ਮੁਸਲਮਾਨ ਸੀ ਸਿੱਖੀ ਸੀ ਹਿੰਦੂ ਅੱਛਾ ਹਿੰਦੂ ਸੀ ਜੀ ਇੱਕ ਹੋਰ ਬਿਟਰ ਟੁੱਥ ਜਿਹੜਾ ਕੜਵਾ ਸੱਚ ਸਾਹਮਣੇ ਆਉਂਦਾ ਖੋਰਾ ਸੱਚ ਸਾਹਮਣੇ ਆਉਂਦਾ ਦੱਸਿਆ ਜਾ ਰਿਹਾ ਹੈ ਕਿ ਵੰਡ ਪਈ ਅਤੇ ਮਿਲਣ ਦੇ ਬਹਾਨੇ ਇੱਕ ਹਿੰਦੂ ਸਾਹਮਣੇ ਆਇਆ ਔਰ ਉਹਨੇ ਕਿਰਪਾਨ ਟਾਈਪ ਜਿਹੜਾ ਉਹ ਖੰਜਰ ਹੁੰਦਾ ਉਹ ਕੱਢ ਮਾਰਿਆ ਪੇਟ ਦੇ ਵਿੱਚ ਅਤੇ ਬਰਕੈਫ ਉਸ ਵੇਲੇ ਸ਼ਾਇਦ ਇਨਸਾਨ ਜਿਹੜੇ ਸੀ ਉਹ ਹੈਵਾਨੀਅਤ ਦਾ ਰੂਪ ਧਾਰਿਆ ਸੀ ਇੰਨੀ ਦੇਰ ਦਾ ਪਿਆਰ ਇੰਨੀ ਦੇਰ ਦਾ ਸਾਰਾ ਕੁਛ ਹੈ ਇੱਕ ਮਿੰਟ 'ਚ ਖਤਮ ਹੋ ਗਿਆ ਉਹ ਅਤੇ ਫਿਰ ਉਸ ਤੋਂ ਬਾਅਦ ਜਦੋਂ ਇੱਥੋਂ ਗਏ ਨੇ ਫਿਰ ਕਿੱਥੇ ਦੇ ਲੋਕ ਇੱਥੇ ਆ ਕੇ ਆਬਾਦ ਹੋਏ ਜ਼ਿਆਦਾ ਮਿਓ ਆਏ ਨੇ ਕਿਹੜੇ ਇਲਾਕਿਆਂ 'ਚੋਂ ਆਏ ਸਨ ਜ਼ਿਆਦਾ ਅੱਛਾ ਅਲਵਾਰ ਮੇਰਾ ਰਾਜਸਥਾਨ ਵਾਲੀ ਸਾਈਡ ਤੋਂ ਨਾ ਬਠਿੰਡੇ ਵਾਲਾ ਇਲਾਕਾ ਰਾਜਸਥਾਨ ਅੱਗੇ ਵਾਲਾ ਅੱਗੇ ਗਿਆ ਜਿਹੜਾ ਉਹ ਲੋਕ ਆਏ ਅਤੇ ਤੁਸੀਂ ਕੀ ਸਮਝਦੇ ਹੋ ਉਹਨਾਂ ਦੇ ਵਿੱਚੋਂ ਇੱਕ ਉਹਨਾਂ ਦਾ ਤੁਸੀਂ ਦੱਸਿਆ ਕਿ ਇੱਕ ਆਇਆ ਸੀ ਬੰਦਾ ਔਰ ਬੜਾ ਦੁਖੀ ਹੋਇਆ ਆ ਕੇ ਬੋਰਡ ਨੂੰ ਕਲਾਵੇ ਮਾਰ ਕੇ ਸੀ ਕੀ ਨਾਮ ਸੀ ਉਹਦਾ ਬੰਦੇ ਦਾ ਬੇਟਾ ਸੀ ਜਿਹੜਾ ਅੱਛਾ 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 ਇਹਨਾਂ ਦਾ ਨਾਮ ਕਿਤੇ ਉਸ ਬੰਦੇ ਦਾ ਨਾਮ ਤੁਹਾਨੂੰ ਯਾਦ ਹੈ ਜਾਂ ਮੈਂ ਦੱਸਾਂ ਦਾ ਨਾਮ ਜਿਹੜਾ ਬੰਦਾ ਆਇਆ ਸੀ ਨਹੀਂ ਤੁਹਾਨੂੰ ਯਾਦ ਹੈ ਇਹ ਕਦੋਂ ਦੀ ਗੱਲ ਹੈ ਜਦੋਂ ਆਇਆ ਸੀ ਅੱਛਾ ਦੱਸ ਰਹੇ ਨੇ ਕੋਈ ਨਾਮ ਨਹੀਂ ਕਲੀਅਰ ਲਿਆ ਜਾ ਰਿਹਾ ਕੋਲ ਰਾਏ ਜੀ ਮੇ ਬੀ ਹੋ ਸਕਦਾ ਹੈ ਪੂਰਨ ਸਿੰਘ ਜੀ ਤੁਸੀਂ ਤੇ ਕੋਈ ਮੇਰੇ ਨਾਲ ਫਿਲਹਾਲ ਵੈਸੇ ਸ਼ੇਅਰ ਨਹੀਂ ਕੀਤੀ ਐਸੀ ਗੱਲ ਲੇਕਿਨ ਦੱਸ ਰਹੇ ਨੇ ਕਿ ਪਿੰਡ ਦੇ ਵਿੱਚ ਸਰਦਾਰਾਂ ਦਾ ਇੱਕ ਮੁੰਡਾ ਉਸ ਵੇਲੇ ਜਿਹੜਾ ਕਿ ਇੱਥੇ ਪਿੰਡ ਦੇ ਬੋਰਡ ਦੀ ਛਾਵੇਂ ਖੇਡਦਾ ਰਿਹਾ ਉਹ ਆਇਆ ਅਤੇ ਵਿਸਾਖੀ 'ਤੇ ਆਇਆ ਸੀ ਪਾਕਿਸਤਾਨ ਔਰ ਆ ਕੇ ਉਸ ਬੋਰਡ ਨੂੰ ਕਲਾਵਾ ਮਾਰ ਕੇ ਅਤੇ ਰੋਣ ਲੱਗ ਪਿਆ ਅਤੇ ਕਹਿੰਦਾ ਬਾਬਾ ਬੋਰਡ ਦੇ ਥੱਲੇ ਮੈਂ ਬਹੁਤ ਖੇਡਿਆ ਵਾਂ ਮੇਰਾ ਬਚਪਨ ਸਾਰਾ ਇੱਥੇ ਗੁਜ਼ਰਿਆ ਵੇ ਅਤੇ ਕੀ ਤੁਸੀਂ ਪਿੰਡ ਦੇ ਵਿੱਚ ਕਿੰਨੇ ਬੋਰਡ ਦੇ ਦਰਖਤ ਸਨ ਖੋਰੇ ਸੱਚ ਜਿਹੜੇ ਨੇ ਉਹ ਸਾਹਮਣੇ ਨਹੀਂ ਆਉਂਦੇ ਬਿਟਰ ਟੁੱਥ ਨਹੀਂ ਸਾਹਮਣੇ ਆਉਂਦੇ ਬਾਬਾ ਬਰਕਤ ਨੇ ਜਿਹੜੇ ਦੱਸਿਆ ਉਹਨਾਂ ਦੇ ਬਾਰੇ ਤੇ ਫਿਰ ਇਹਦਾ ਮਤਲਬ ਕਮਿਊਨਿਟੀ ਬੜੀ ਅਮਨ ਸਕੂਨ ਦੇ ਨਾਲ ਕੋਲ ਰਾਏ ਸਾਹਿਬ ਤੁਹਾਡਾ ਗੱਲ ਬਿਲਕੁਲ ਠੀਕ ਸੀ ਮੈਂ ਚਾਹ ਰਿਹਾ ਸੀ ਕਿ ਦੋਵਾਂ ਪਾਸੇ ਜਦ ਤੱਕ ਕਲੀਅਰ ਨਹੀਂ ਹੋਏਗਾ ਉਸ ਵੇਲੇ ਤੱਕ ਮੈਂ ਪੂਰੀ ਮੁਕੰਮਲ ਗੱਲ ਨਹੀਂ ਕਰਾਂਗਾ ਲੇਕਿਨ ਬਹੁਤ ਅੱਛਾ ਲੱਗਾ ਜਾਣ ਕੇ ਕਿ ਤੁਸੀਂ ਮੈਨੂੰ ਕੁਛ ਦੱਸਿਆ ਸੀ ਕਿ ਆਪਣੇ ਵੱਡਿਆਂ ਦੇ ਬਜ਼ੁਰਗਾਂ ਦੇ ਬਾਰੇ 'ਚ ਮੈਂ ਉੰਨੀ ਦੇਰ ਤੱਕ ਸ਼ੇਅਰ ਨਹੀਂ ਸੀ ਕਰ ਸਕਦਾ ਜਦੋਂ ਤੱਕ ਮੈਨੂੰ ਪ੍ਰਾਇਮਰੀ ਸੋਰਸਿਸ ਮੇਰੇ ਸਾਹਮਣੇ ਨਹੀਂ ਆਉਂਦੇ ਇਹ ਪ੍ਰਾਇਮਰੀ ਸੋਰਸ ਨੇ ਵੰਡ ਦੇ 47 ਦੇ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਤੁਹਾਡੇ ਬਜ਼ੁਰਗਾਂ ਨੂੰ ਦੇਖਿਆ ਵੀ ਹੈ ਔਰ ਉਹਨਾਂ ਦੀ ਚੁਦਰਾਹਟ ਵੀ ਦੇਖੀ ਹੈ ਔਰ ਉਹਨਾਂ ਦੀ ਤਾਰੀਫ ਕਰ ਰਹੇ ਨੇ ਹੁਣ ਵੀ ਕਿ ਉਹਨਾਂ ਦਾ ਅੱਛਾ ਬੈਂਡ ਖਲੋਣ ਸੀ ਇੱਥੇ ਔਰ ਲੋਕ ਉਹਨਾਂ ਨੂੰ ਹੁਣ ਤੱਕ ਯਾਦ ਕਰਦੇ ਨੇ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਪਿੰਡ ਬਰਕਤ ਤੋਂ ਸਰਦਾਰ ਊਤਮ ਸਿੰਘ ਰਾਏ ਸਫੈਦ ਪੋਸ਼ਾਂ ਦੀ ਗੱਲਬਾਤ ਅਤੇ ਫਿਰ ਮਿਲਾਂਗਾ ਕਿਸੇ ਹੋਰ ਖੋਰੇ ਸੱਚ ਨੂੰ ਲੈ ਕੇ ਕਿਸੇ ਹੋਰ ਫੈਮਿਲੀ ਹਿਸਟਰੀ ਨੂੰ ਲੈ ਕੇ ਫਿਲ ਵਕਤ ਮੈਨੂੰ ਇਜਾਜ਼ਤ ਦਿਓ ਪਿੰਡ ਅਕਬਰ ਤੋਂ